ਖੈਰ ਅੱਗੇ ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 'ਚ ਬੇਸ਼ੱਕ ਸਮਾਂ ਬਾਕੀ ਹੈ ਪਰ ਸਿਆਸੀ ਪਾਰਟੀਆਂ ਵਿਦੇਸ਼ੀ ਟੂਰ ਸ਼ੁਰੂ ਕਰ ਰਹੀਆਂ ਨੇ ਯਾਨੀ ਕਿ ਆਮ ਆਦਮੀ ਪਾਰਟੀ ਜਿੱਥੇ ਪਹਿਲਾਂ ਹੀ ਵਿਦੇਸ਼ਾਂ ਵਿੱਚ ਲੋਕਾਂ ਦੇ ਨਾਲ ਮੇਲ ਮਿਲਾਪ ਕਰ ਰਹੀ ਹੈ ਉੱਥੇ ਕੈਪਟਨ ਸਾਹਿਬ ਵੀ ਹੁਣ ਵਿਦੇਸ਼ ਦੌਰੇ ਦੀ ਤਿਆਰੀ 'ਚ ਨੇ ਪਰ ਅਕਾਲੀ ਦਲ ਨੂੰ ਇਹ ਗੱਲ ਕੁਝ ਹਜ਼ਮ ਨਹੀਂ ਆ ਰਹੀ ਅਤੇ ਵਿਦੇਸ਼ੀ ਦੌਰਿਆਂ 'ਤੇ ਨਿਸ਼ਾਨਾ ਕੁਝ ਇਸ ਤਰ੍ਹਾਂ ਸਾਧਿਆ ਮੈਂ ਤਾਂ ਹੁਣ ਜਾ ਰਿਹਾ ਪਰਸੋਂ ਔਰ ਮੈਂ ਮੁੜ ਕੇ ਆਊਂਗਾ ਹੁਣ 9 ਮਈ ਨੂੰ ਉਸ ਤੋਂ ਬਾਅਦ ਕੋਈ ਨਵਾਂ ਪ੍ਰੋਗਰਾਮ ਸ਼ੁਰੂ ਸਾਰੇ ਬਹਾਨੇ ਹੈਗੇ ਇਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਦੇਸ਼ੀ ਜਾ ਰਹੇ ਇਕੱਲੇ ਡਾਲਰ ਇਕੱਠੇ ਕਰਨ ਵਾਸਤੇ ਇਹਨਾਂ ਵਾਸਤੇ ਤਾਂ ਇਲੈਕਸ਼ਨ ਇੱਕ ਬਹਾਨਾ ਹੁੰਦਾ ਹੈ ਕਿ ਲੋਕਾਂ ਦੇ ਜੇਬਾਂ 'ਚੋਂ ਪੈਸੇ ਕੱਢੋ ਕਾਂਗਰਸ ਦੀ ਬੀ ਟੀਮ ਜਿਹੜੀ ਚਿੱਟੀ ਟੋਪੀ ਹੈ ਉਹਨਾਂ ਨੇ ਤਾਂ ਨਵਾਂ ਕੰਮ ਸ਼ੁਰੂ ਕੀਤਾ ਕਿ ਲੋਕਾਂ ਨੂੰ ਰੋਟੀ ਖਿਲਾ ਕੇ ਪੈਸੇ ਧਰਾ ਰਹੇ ਨੇ 10-10 ਹਜ਼ਾਰ ਰੁਪਏ ਅਤੇ ਇਹ ਵਿਦੇਸ਼ਾਂ ਦੇ ਗੇੜੇ 'ਚ ਰਹਿੰਦੇ ਨੇ ਕਾਂਗਰਸ ਪਾਰਟੀ ਉਹ ਉੱਥੇ ਰਹਿੰਦੀ ਹੈ ਇਹ ਇਕੱਲੇ ਡਾਲਰ ਇਕੱਠੇ ਕਰਨੇ ਇਲੈਕਸ਼ਨ ਤਾਂ ਇਹਨਾਂ ਨੂੰ ਪਤਾ ਸੀ ਹਾਰਨਾ ਹੈ ਜਿੰਨੇ ਪੈਸੇ ਇਸ ਇਲੈਕਸ਼ਨ ਦੇ ਨਾਂ 'ਚ ਇਕੱਠੇ ਹੋ ਜਾਣ ਉਹ ਕਰਨ ਵਾਸਤੇ ਜਾ ਰਹੇ ਨੇ ਅਕਾਲੀ ਦਲ ਲੋਕਾਂ ਦੇ ਵਿੱਚ ਜਾ ਕੇ ਅੱਜ ਮੰਡੀਆਂ ਵਿੱਚ ਲੋਕਾਂ ਨੂੰ ਕੋਈ ਕਿਸਾਨਾਂ ਨੂੰ ਕੋਈ ਤਕਲੀਫ ਨਾ ਹੋਏ ਸਿਹਤ ਸਹੂਲਤਾਂ ਦੇਣ ਵਾਸਤੇ ਪਿੰਡ ਪਿੰਡ ਜਾ ਕੇ ਗ੍ਰਾਂਟਾਂ ਦੇਣ ਵਾਸਤੇ ਉਸੇ ਅਕਾਲੀ ਦਲ ਵਿਕਾਸ ਦੇ ਨਾਂ 'ਤੇ ਲੋਕਾਂ ਦੇ ਨਾਲ ਖੜੀ ਹੈ ਇਹ ਵੱਡੇ ਲੀਡਰਾਂ ਦੀ ਹਕੀਕਤ ਤਾਂ ਹੁਣ ਹੀ ਸਾਹਮਣੇ ਆ ਗਈ ਕਿ ਇਹਨਾਂ ਨੂੰ ਅੱਜ ਜੇ ਡਾਲਰ ਦੇਖ ਰਹੇ ਰੱਬ ਨਾ ਕਰੇ ਜੇ ਕੱਲ੍ਹ ਸਰਕਾਰ ਬਣ ਗਈ ਤਾਂ ਫਿਰ ਜਿਵੇਂ ਕਾਂਗਰਸ ਨੇ ਦਿੱਲੀ ਨੂੰ ਲੁੱਟਿਆ ਸੀਗਾ ਇਹ ਆਮ ਆਦਮੀ ਪਾਰਟੀ ਅੱਜ ਇੰਨੇ ਵੱਡੇ ਵੱਡੇ ਇਸ਼ਤਿਹਾਰ ਲੋਕਾਂ ਦੇ ਪੈਸਿਆਂ ਨਾਲ ਕਰਕੇ ਆਪਦੀ ਮਸ਼ਹੂਰੀ ਕਰ ਰਹੀ ਹੈ ਆਹੀ ਕੁਛ ਪੰਜਾਬ ਦੇ ਲੋਕਾਂ ਦੇ ਪੈਸਿਆਂ ਦੇ ਨਾਲ ਕਰਨਾ ਹੈ ਜਿਹੜੀ ਅੱਜ ਸਹੂਲਤਾਂ ਮਿਲਦੀਆਂ ਨੇ ਇਹ ਸਹੂਲਤਾਂ ਦੇ ਪੈਸੇ ਇਹਨਾਂ ਦੇ ਜੇਬਾਂ 'ਚ ਜਾਣੀਆਂ ਨੇ ਅਤੇ ਸਾਰੀ ਸਹੂਲਤਾਂ ਰੱਦ ਹੋ ਕੇ ਇਕੱਲੇ ਵੱਡੇ ਇਸ਼ਤਿਹਾਰ ਅਖਬਾਰ 'ਚ ਦੇਖਣ ਨੂੰ ਮਿਲਣਗੇ ਜਮ ਕਰਨ ਜੀ ਵਿਦੇਸ਼ੀ ਦੌਰਾਂ ਦਾ ਵੀਜ਼ਾ ਲੱਗਾ ਬੀਬੀ ਰੂਸਾਂ ਨੂੰ ਨਾਲ ਲੈ ਕੇ ਜਾਣ ਜੀ ਮਹਾਰਾਣੀ ਤਾਂ ਮੇਰਾ ਖ ਵਿਚਾਰੀ ਇੱਥੇ ਸਾਡੀ ਵੱਡੀ ਭੈਣ ਆ ਉਹਨੂੰ ਤਾਂ ਇੱਥੇ ਛੱਡ ਕੇ ਜਾਣਗੇ ਅਤੇ ਉਹ ਬਾਕੀ ਪਤਾ ਨਹੀਂ ਕੋਈ ਗਾਂ ਕੋਈ ਹੋਰ ਵੀ ਮਹਾਰਾਜੇ ਨੇ ਜੀ ਉਹਨਾਂ ਦੇ ਉਹ ਤਾਂ ਦੌਰੇ ਕਰਦੇ ਰਹਿੰਦੇ ਨੇ ਬਾਕੀ ਜਿੱਥੋਂ ਤੱਕ ਉਹਨਾਂ ਦੇ ਦੌਰਿਆਂ ਦੀ ਗੱਲ ਹੈ ਇੱਕ ਪੰਜਾਬ ਦੇ ਵਿੱਚ ਪ੍ਰਭਾਵ ਬਣ ਗਿਆ ਕਿ ਬਾਹਰ ਜਾਓ ਜੀ ਬਾਹਰ ਦੇ ਲੋਕਾਂ ਨੂੰ ਪੈਸਾ ਇਕੱਠਾ ਕਰਨ ਦੀ ਖਾਤਰ ਜਾਂਦੇ ਨੇ ਜਾਂ ਲੋਕਾਂ ਨੂੰ ਵਰਗਲਾਉਣ ਦੀ ਖਾਤਰ ਜਾਂਦੇ ਨੇ ਇਹਨਾਂ ਵਰਗਲਾਲੇ ਬੜਾ ਕੁਛ ਕਰਦੇ ਰਹੇ ਨੇ ਪਹਿਲਾਂ ਅਤੇ ਜਿਸ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਇਹਨਾਂ ਨੇ ਬੜਾ ਫਾਇਦਾ ਲਿਆ ਜੀ ਬੜਾ ਪੈਸਾ ਇਕੱਠਾ ਕੀਤਾ ਅਬਦਾਲੀ ਵਾਂਗੂ ਕਦੀ ਸੰਜੇ ਸਿੰਘ ਲੁੱਟਣ ਚੱਲ ਜਾਂਦਾ ਹੈ ਕਦੀ ਕੋਈ ਹੋਰ ਲੁੱਟਣ ਚੱਲ ਜਾਂਦਾ ਹੈ ਇਹਨਾਂ ਲੁੱਟ ਲੁੱਟ ਕੇ ਕਦੀ ਭਗਵੰਤ ਮਾਨ ਉੱਥੇ ਲੁੱਟ ਕੇ ਲਿਆਉਂਦਾ ਕੋਈ ਹਿਸਾਬ ਕਿਤਾਬ ਦੱਸ ਦੇਣ ਕਦੀ ਕਿਤੇ ਇਹਨਾਂ ਪੈਸਾ ਜਮ੍ਹਾਂ ਕਰਾਇਆ ਜਿਹੜੇ ਇਹਨਾਂ ਦੇ ਉਹ ਬਾਹਰ ਬੈਠੇ ਆ ਉਹ ਵੱਖਰੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਆ ਲੁੱਟਣ 'ਤੇ ਲੱਕ ਧਰਿਆ NRI ਵੀਰਾਂ ਮੇਰੀ ਬੇਨਤੀ ਹੈ ਬਚੋ ਸੋ ਪਾਰਟੀ ਪ੍ਰਚਾਰ ਕਰਨ ਦੇ ਲਈ ਸਾਰੀਆਂ ਪਾਰਟੀਆਂ ਵਿਦੇਸ਼ਾਂ ਦੇ ਚੱਕਰ ਕੱਟ ਰਹੀਆਂ ਨੇ NRI ਵੋਟ ਬੈਂਕ ਕਿਉਂਕਿ ਸਿਆਸਤਦਾਨਾਂ ਲਈ ਕਾਫੀ ਅਹਿਮ ਵੋਟ ਬੈਂਕ ਹੈ